ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪ ਸਭ ਦਾ ਫਿਰ ਤੋਂ ਸਵਾਗਤ ਹੈ MST ਦੀ ਇੱਕ ਨਵੀਂ ਵੀਡੀਓ 'ਚ ਜਿਸ ਤਰ੍ਹਾਂ ਆਪ ਜੀ ਨੇ ਬਹੁਤ ਪਿਆਰ ਦਿੱਤਾ ਮੁਸਾਫਿਰ ਸਿੰਘ ਦੀ ਕੈਨੇਡਾ ਸੀਰੀਜ਼ ਨੂੰ ਉਸ ਦੇ ਵਿੱਚ ਬਹੁਤ ਸਾਰੇ ਮਿੱਤਰਾਂ ਦੇ ਬਹੁਤ ਸਾਰੇ ਦੋਸਤਾਂ ਦੇ ਇੱਕ ਮੈਸੇਜ ਆਏ ਕਿ ਭਾਅ ਜੀ ਕੈਨੇਡਾ ਵੀਜ਼ੇ ਬਾਰੇ ਵੀ ਸਾਨੂੰ ਕੁਝ ਗਾਈਡ ਕੀਤਾ ਜਾਵੇ ਉਸ ਲਈ ਨਾ ਮੈਂ ਤੁਹਾਨੂੰ ਲਾਸਟ ਵੀਡੀਓ 'ਚ ਵੀ ਇੱਕ ਰਿਕੁਐਸਟ ਕੀਤੀ ਸੀ ਕਿ ਮੈਂ ਵੀਜ਼ਾ ਆਪਣਾ 2008 'ਚ ਲਗਵਾਇਆ ਸੀਗਾ 2018 ਤੋਂ ਬਾਅਦ 3 ਵਾਰ ਕੈਨੇਡਾ ਐਮਬੈਸੀ ਦੀ ਪੋਲਿਸੀਜ਼ ਚੇਂਜ ਹੋ ਗਈਆਂ ਅਤੇ ਇਸ ਕਰਕੇ ਮੈਨੂੰ ਆਪਣੇ ਇੱਕ ਦੋਸਤ ਦੀ ਹੈਲਪ ਲੈਣੀ ਪਈ ਜਿਹੜੀ ਬੇਸਿਕਲੀ ਇੱਕ ਆਈਲੈਟਸ ਟੀਚਰ ਹੈ ਔਰ ਬਹੁਤ ਅੱਛੀ ਤਰ੍ਹਾਂ ਦਾ ਉਹਨਾਂ ਨੂੰ ਵੀਜ਼ੇ ਬਾਰੇ ਗਿਆਨ ਹੈਗਾ ਅਤੇ ਇਸ ਕਰਕੇ ਮੈਨੂੰ ਇਸ ਵੀਡੀਓ ਦੇ ਵਿੱਚ ਉਹਨਾਂ ਨੂੰ ਇੰਟਰੋਡਿਊਸ ਕਰਾਂਗਾ ਤੁਸੀਂ ਵੀ ਉਹਨਾਂ ਦੀ ਕੋਈ ਹੈਲਪ ਦੀ ਜ਼ਰੂਰਤ ਹੋਵੇ ਤਾਂ ਉਹਨਾਂ ਕੋਲ ਹੈਲਪ ਲੈ ਸਕਦੇ ਉਹਨਾਂ ਦਾ ਨੰਬਰ ਮੇਲ ਆਈ ਡੀ ਮੈਂ ਤੁਹਾਨੂੰ ਵਿੱਚ ਸ਼ੇਅਰ ਕਰਾਂਗਾ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਹੋਰ ਚੀਜ਼ ਅੱਗੇ ਉਤਾਰਾਂ ਮੈਂ ਉਹਨਾਂ ਦੇ ਆਫਿਸਰ ਨੂੰ ਲੈ ਕੇ ਚੱਲਦਾ ਅਤੇ ਉਹਨਾਂ ਨਾਲ ਇੰਟਰੋਡਿਊਸ ਕਰਦਾ ਅਤੇ ਉਹ ਦੱਸਦੇ ਆ ਤੁਹਾਨੂੰ ਕੈਨੇਡਾ ਦਾ ਟੂਰਿਸਟ ਵੀਜ਼ਾ ਕਿਸ ਤਰ੍ਹਾਂ ਲੱਗ ਸਕਦਾ ਉਹਦੇ ਵਿੱਚ ਕਿਹੜੇ ਕਿਹੜੇ ਪੇਪਰ ਚਾਹੀਦੇ ਆ ਉਹ ਟੋਟਲ ਕਿੰਨਾ ਐਕਸਪੈਂਸ ਲੱਗਦਾ ਹੈ ਸੋ ਦੈਟ ਤੁਸੀਂ ਫੇਕ ਏਜੰਟਾਂ ਤੋਂ ਬਚ ਸਕੋ ਜਿਵੇਂ ਵੀ ਮੈਨੂੰ ਤੁਸੀਂ ਲਾਸਟ ਕਿਹਾ ਸੀ ਭਾਅ ਜੀ ਏਜੰਟ ਇੰਨੇ ਪੈਸੇ ਮੰਗਦੇ ਆ ਇਹ ਸਿਰਫ ਸਾਡਾ ਮਕਸਦ ਇਹ ਹੈ ਕਿ ਤੁਹਾਨੂੰ ਅਵੇਅਰਨੈਸ ਦਿੱਤੀ ਜਾਵੇ ਤੁਹਾਨੂੰ ਸਹੀ ਗਾਈਡਨੈਸ ਮਿਲ ਜਾਵੇ ਤੁਹਾਨੂੰ ਸਹੀ ਗਿਆਨ ਮਿਲ ਜਾਵੇ ਜੋ ਵੀ ਹੈ ਚਲੋ ਮੈਂ ਤੁਹਾਨੂੰ ਉਹਨਾਂ ਦੇ ਆਫਿਸ ਲੈ ਕੇ ਚੱਲਣਾ ਆਪ ਸਭ ਦਾ ਫਿਰ ਤੋਂ ਵੈਲਕਮ ਹੈ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਸੀ ਕਮਲਪ੍ਰੀਤ ਮੈਮ ਹੈਗੇ ਆ ਉਹਨਾਂ ਦੇ ਆਫਿਸ ਮੈਂ ਆ ਗਿਆ ਸੋ ਦੈਟ ਉਹ ਤੁਹਾਡੇ ਨਾਲ ਸਾਰੀ ਟੂਰਿਸਟ ਵੀਜ਼ੇ ਦੀ ਇਨਫੋਰਮੇਸ਼ਨ ਸ਼ੇਅਰ ਕਰੇਗੀ ਅੱਗੇ ਮੈਮ ਕੈਰੀ ਕਰਨਗੇ ਮੈਂ ਉਹਨਾਂ ਨੂੰ ਤੁਹਾਡੇ ਨਾਲ ਮਿਲਾਂਗਾ ਮੈਮ ਪਲੀਜ਼ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਮਲਪ੍ਰੀਤ ਕੌਰ ਹੈ ਅਤੇ ਮੈਂ ਆਇਲਸ ਪੜ੍ਹਾਉਂਦੀ ਹਾਂ ਬੱਚਿਆਂ ਨੂੰ ਅਤੇ ਨਾਲ ਹੀ ਨਾਲ ਮੈਂ ਬੱਚਿਆਂ ਨੂੰ ਵੀਜ਼ਾ ਦੀ ਗਾਈਡੈਂਸ ਵੀ ਪ੍ਰੋਵਾਈਡ ਕਰਦੀ ਹਾਂ ਮੈਮ ਬਹੁਤ ਸਾਰੇ ਕੁਐਸਚਨ ਆਏ ਸੀ ਮੇਰੇ ਕੈਨੇਡਾ ਦੀ ਵੀਡੀਓ ਦੇ ਉੱਪਰ ਕਿ ਬੇਸਿਕਲੀ ਕੀ ਸੀ ਮੈਂ ਕੈਨੇਡਾ ਦਾ ਵੀਜ਼ਾ 2018 ਚ ਲਗਾਇਆ ਸੀ ਮੈਨੂੰ ਲੱਗਦਾ ਉਸ ਤੋਂ ਬਾਅਦ 2 ਜਾਂ 3 ਵਾਰ ਉਹਨਾਂ ਦੀ ਪਾਲਿਸੀਜ਼ ਚੇਂਜ ਹੋ ਗਈਆਂ ਬਿਫੋਰ ਕੋਵਿਡ ਕੀ ਪਾਲਿਸੀ ਸੀ ਕੈਨੇਡਾ ਦੇ ਟੂਰਿਸਟ ਵੀਜ਼ੇ ਬਾਰੇ ਉਹ ਤੁਸੀਂ ਥੋੜ੍ਹਾ ਜਿਹਾ ਆਪਣੀ ਆਡੀਅੰਸ ਨੂੰ ਗਾਈਡੈਂਸ ਕਰੋ ਕੀ ਪੇਪਰ ਲੱਗਦੇ ਆ ਉਹਨਾਂ ਦੇ ਕੋਲ ਕੀ ਉਹਨਾਂ ਦੀ ਵੈਲਿਊਜ਼ ਹੁੰਦੀ ਹੈ ਜੇ ਇਨਕਮ ਟੈਕਸ ਰਿਟਰਨ ਲੱਗਦੀ ਤਾਂ ਕਿੰਨੀ ਦੀ ਚਾਹੀਦੀ ਹੈ ਤੁਸੀਂ ਥੋੜ੍ਹਾ ਜਿਹਾ ਆਪਣਾ ਗਾਈਡੈਂਸ ਸਾਰੇ ਦਿਓ ਸੋ ਦੈਟ ਉਹਨਾਂ ਨੂੰ ਵੀਜ਼ਾ ਲੈਣ 'ਚ ਹੈਲਪ ਮਿਲ ਸਕੇ ਕਾਫੀ ਠੀਕ ਹੈ ਅਤੇ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਜਿਹੜਾ ਟੂਰਿਸਟ ਵੀਜ਼ਾ ਹੁੰਦਾ ਸੀ ਉਹਦੇ ਵਿੱਚ 3-4 ਡਾਕੂਮੈਂਟਸ ਸੀ ਜਿਹੜੇ ਮੇਨ ਲੱਗਦੇ ਨੇ ਬਟ ਮੇਨ ਚੀਜ਼ ਜਿਹੜੀ ਤੁਹਾਡੀ ਫੋਕਸ ਹੁੰਦੀ ਹੈ ਉਹ ਹੁੰਦੀ ਹੈ ਕਿ ਤੁਸੀਂ ਇਹ ਸਪੈਸੀਫਾਈ ਕਰਨਾ ਹੁੰਦਾ ਕਿ ਤੁਹਾਡਾ ਪਰਪਸ ਆ ਜਿਹੜਾ ਉਹ ਕਲੀਅਰ ਹੋਵੇ ਕਿ ਮੈਂ ਆਹ ਚੀਜ਼ਾਂ ਵਿਜ਼ਿਟ ਕਰਨ ਲਈ ਜਾਣਾ ਸੈਕਿੰਡ ਥਿੰਗ ਇਜ਼ ਕਿ ਤੁਹਾਡੇ ਕੋਲ ਫਾਈਨੈਂਸ਼ੀਅਲ ਇੰਨੀਆਂ ਫਾਈਨੈਂਸਿਸ ਇੰਨੇ ਸਟਰੋਂਗ ਹੋਣੇ ਚਾਹੀਦੇ ਨੇ ਕਿ ਤੁਸੀਂ ਆਪਣੀ ਵਿਜ਼ਿਟ ਨੂੰ ਸਪੋਰਟ ਕਰ ਸਕੋ ਐਂਡ ਥਰਡ ਥਿੰਗ ਇਜ਼ ਕਿ ਜੇ ਤੁਸੀਂ ਉੱਥੇ ਘੁੰਮਣ ਜਾ ਰਹੇ ਹੋ ਤਾਂ ਟਰੈਵਲ ਹਿਸਟਰੀ ਜ਼ਰੂਰ ਕਾਊਂਟ ਹੁੰਦੀ ਹੈ ਇਹਦੇ ਵਿੱਚ ਜਿਵੇਂ ਕਿ ਕੋਈ ਏਜ ਦੀ ਲਿਮਿਟ ਨਹੀਂ ਹੈ ਕੋਈ ਵੀ ਏਜ ਦਾ ਵਿਅਕਤੀ ਹੈ ਜਿਹੜਾ ਉਹ ਆਪਣੇ ਆਪ ਨੂੰ ਆਪਣਾ ਐਲੀਜੀਬਲ ਹੈ ਇਸ ਚੀਜ਼ ਦੇ ਲਈ ਸੋ ਇਸ ਲਈ ਉਹਨੂੰ ਸਿਰਫ ਤੇ ਸਿਰਫ ਇੱਕ ਚੀਜ਼ ਜਿਹੜੀ ਹੈ ਉਹ ਸਪੈਸੀਫਾਈ ਕਰਨੀ ਪੈਂਦੀ ਹੈ ਕਿ ਉਹਦੀ ਪਹਿਲਾਂ ਪੁਰਾਣੀ ਕੋਈ ਟਰੈਵਲ ਹਿਸਟਰੀ ਹੈ ਜਿਹਦੇ ਕਰਕੇ ਉਹ ਇਸ ਕੰਟਰੀ ਨੂੰ ਵੀ ਵਿਜ਼ਿਟ ਕਰਨਾ ਚਾਹੁੰਦਾ ਕਿਹੜੇ ਪੇਪਰ ਲੱਗਦੇ ਆ ਜੀ ਕਿਹੜੇ ਕਿਹੜੇ ਪੇਪਰ ਹੁੰਦੇ ਆ ਉਹਨਾਂ ਬਾਰੇ ਪ੍ਰੋਪਰ ਇੱਕ ਜਾਣਕਾਰੀ ਦਿੱਤੀ ਜਾਵੇ ਜੀ ਜਿਹੜੇ ਪੇਪਰਸ ਲੱਗਦੇ ਨੇ ਜੀ ਇੱਕ ਤਾਂ ਇਹਨਾਂ ਨੂੰ ITRs ਪ੍ਰੋਪਰ ਮੇਨਟੇਨ ਕਰਨੀਆਂ ਪੈਂਦੀਆਂ ਨੇ ਜਿਹੜਾ ਵੀ ਇਹ ਕੰਮ ਕਰਦੇ ਨੇ ਕੋਈ ਵੀ ਬੰਦਾ ਜਿਹੜਾ ਅਪਲਾਈ ਕਰ ਰਿਹਾ ਉਹ ਆਪਣੀ ITRs ਦਿਖਾ ਸਕਦਾ ਇਹਦੇ ਵਿੱਚ ਅਤੇ ITRs ਜਿਹੜੀਆਂ ਵੀ ਹੋਣਗੀਆਂ ਉਹ 6 ਤੋਂ 8 ਲੱਖ ਹੋਣ ਜਾਂ 10 ਲੱਖ ਹੋਣ ਜਿੰਨੀਆਂ ਜ਼ਿਆਦਾ ਹੋਣਗੀਆਂ ਉਨਾ ਉਹਦਾ ਫਾਈਨੈਂਸਿਸ ਉਹ ਸਟਰੋਂਗ ਸ਼ੋਅ ਕਰ ਸਕਦਾ ਜਿਹਦੇ ਨਾਲ ਉਹਦਾ ਵੀਜ਼ਾ ਸਕਸੈਸ ਰੇਟ ਦੀ ਜਿਹੜੀ ਰੇਸ਼ੋ ਆ ਉਹ ਜ਼ਿਆਦਾ ਹੋ ਜਾਂਦੀ ਹੈ ਤੇ ਹੋਰ ਇਸ ਤੋਂ ਇਲਾਵਾ ਕਿਹੜੇ ਪੇਪਰ ਹੈਗੇ ਆ ਹੋਰ ਇਹਦੇ ਵਿੱਚ ਸਿਰਫ ਜਿਹੜੇ ਪੇਪਰ ਲੱਗਦੇ ਨੇ ਉਹਦੇ ਵਿੱਚ ਉਹਨੂੰ ਆਪਣੀ ਨੈੱਟਵਰਥ ਦਿਖਾ ਸਕਦਾ ਸੀਅਰ ਬੋਰਡ ਬਣ ਜਾਂਦੀ ਹੁੰਦੀ ਹੈ ਜੀ ਉਹਦੀ ਫਿਰ ਉਹ ਆਪਣੇ ਜਿਹੜੇ ਜਿੰਨੇ ਵੀ ਉਹਦੇ PF GF LIC ਵਗੈਰਾ ਹੋ ਗਏ ਉਹ ਆਪਣੇ ਫੰਡਸ ਵਗੈਰਾ ਸਾਰੇ ਸ਼ੋਅ ਕਰ ਸਕਦੇ ਇਹਦੇ ਵਿੱਚ ਤੇ ਜਦੋਂ ਵੀ ਕਿਸੇ ਨੇ ਐਜ਼ ਅ ਟੂਰਿਸਟ ਕਿਤੇ ਵੀ ਵਿਜ਼ਿਟ ਕਰਨਾ ਹੁੰਦਾ ਤਾਂ ਉਹਦੇ ਕੋਲ 4 ਚੀਜ਼ਾਂ ਨੇ ਜਿਹੜੀਆਂ ਉਹ ਮੇਨ ਕੰਸਿਡਰ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਕਿ ਉਹਨੇ ਕੋਲ ਹੋਣੀਆਂ ਜ਼ਰੂਰੀ ਨੇ ਲਾਜ਼ਮੀ ਨੇ ਇੱਕ ਹੈਗੀ ਜੀ ਉਹਨਾਂ ਦੀ ਬੈਂਕ ਸਟੇਟਮੈਂਟ ਮੀਨਸ ਕਿ ਉਹਨਾਂ ਦੇ ਕੋਲ 6 ਮੰਥ ਓਲਡ ਫੰਡਸ ਹੋਣੇ ਚਾਹੀਦੇ ਨੇ ਆਪਣੀ ਬੈਂਕ ਦੇ ਵਿੱਚ ਔਰ ਇਹ ਫੰਡਸ ਕਿੰਨੇ ਕੁ ਉਹਨਾਂ ਨੇ ਮੇਨਟੇਨ ਕਰਨੇ ਜਿੰਨੇ ਜ਼ਿਆਦਾ ਮੇਨਟੇਨ ਕਰ ਸਕਦੇ ਨੇ ਉਹਨਾਂ ਉਹਨਾਂ ਦਾ ਜਿਹੜਾ ਫਾਈਨੈਂਸ਼ੀਅਲ ਸਪੋਰਟ ਆ ਉਹ ਜ਼ਿਆਦਾ ਸਟਰੋਂਗ ਹੋ ਜੂਗੀ ਜਿਵੇਂ ਕਿ 6-8 ਲੱਖ 10 ਲੱਖ ਕੁਝ ਵੀ ਕਰ ਸਕਦੇ ਨੇ ਦੈਨ ਉਹਨਾਂ ਦੇ ਕੋਲ ਇਨਕਮ ਟੈਕਸ ਰਿਟਰਨਸ ਨੇ ਜਿਹੜੀਆਂ ਉਹ ਫਾਈਲ ਹੋਣੀਆਂ ਚਾਹੀਦੀਆਂ ਨੇ ਜਿਵੇਂ ਜਿਹੜਾ ਵੀ ਕੋਈ ਕੰਮ ਕਰਦੇ ਨੇ ਉਹਦੇ ਲਈ ਇੱਕ ਇਨਕਮ ਟੈਕਸ ਉਹਨਾਂ ਨੇ ਪੇ ਕਰਿਆ ਹੋਣਾ ਜਿਹੜਾ ਉਹਦਾ ਰਸੀਟਸ ਉਹ ਨਾਲ ਲਗਾ ਸਕਦੇ ਨੇ ਦੈਨ ਉਹਨਾਂ ਦਾ ਇੱਕ ਨੈੱਟਵਰਥ ਦਾ ਸਰਟੀਫਿਕੇਟ ਬਣਦਾ ਹੁੰਦਾ ਨੈੱਟਵਰਥ ਦੇ ਜਿਹੜੀ ਵੀ ਤੁਹਾਡੇ ਕੋਲ ਜਿੰਨੀ ਵੀ ਤੁਹਾਡੇ ਨਾਂ ਦੇ ਪ੍ਰੋਪਰਟੀਜ਼ ਨੇ ਜਾਂ ਕੁਛ ਵੀ ਤੁਹਾਡੇ ਨਾਂ ਦੇ ਉੱਤੇ ਹੈਗਾ ਹੈ ਫੈਕਟਰੀ ਹੈ ਜਾਂ ਤੁਹਾਡਾ ਜਾਂ ਤੁਸੀਂ ਅਗਰ ਫਾਰਮਿੰਗ ਕਰਦੇ ਹੋ ਤਾਂ ਤੁਹਾਡੇ ਜਿਹੜੇ ਜੇ ਫਾਰਮਸ ਨੇ ਉਹ ਵਗੈਰਾ ਸਾਰਾ ਕੁਛ ਔਰ CA ਤੋਂ ਬਣ ਜਾਏਗਾ ਦੈਨ ਤੁਹਾਡੇ ਕੋਲ ਟਰੈਵਲ ਹਿਸਟਰੀ ਹੋਣਾ ਮਸਟ ਹੈ ਬਿਕਾਜ਼ ਅਗਰ ਤੁਸੀਂ ਟਰੈਵਲਿੰਗ ਦਾ ਪਰੂਫ ਕੋਈ ਮਤਲਬ ਜਸਟੀਫਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਟਰੈਵਲਿੰਗ ਹਿਸਟਰੀ ਹੋਣੀ ਚਾਹੀਦੀ ਅਗਰ ਤੁਸੀਂ 4-5 ਕੰਟਰੀਜ਼ ਵੀ ਘੁੰਮੇ ਹੋਏ ਹੋ ਕੁਛ ਵੀ ਹੈ ਤਾਂ ਤੁਸੀਂ ਆਪਣਾ ਉਹ ਟਰੈਵਲ ਹਿਸਟਰੀ ਦਾ ਪ੍ਰੂਫ ਦੇਣਾ ਲਾਜ਼ਮੀ ਹੈ ਦੈਟ ਵੁੱਡ ਬਿਕਮ ਅ ਪਲੱਸ ਪੁਆਇੰਟ ਕਿ ਤੁਹਾਨੂੰ ਉਹਦਾ ਵੀਜ਼ਾ ਗ੍ਰਾਂਟ ਹੋ ਜਾਏ ਮੈਮ ਜੋ ਇਨਕਮ ਟੈਕਸ ਰਿਟਰਨ ਹੈ ਉਹ ਮਿਨੀਮਮ ਕਿੰਨੇ ਦੀ ਹੋਣੀ ਚਾਹੀਦੀ ਹੈ ਉਹ ਕਿਉਂ ਹੋਣੀ ਚਾਹੀਦੀ ਹੈ
ਸਪੋਜ਼ ਆਪਾਂ ਕਹਿੰਦੇ ਹਾਂ ਜਿਵੇਂ ਮੈਂ ਉਸ ਵਕਤ 6 ਲੱਖ ਦੀ ਆਪਣੀ ਇਨਕਮ ਟੈਕਸ ਰਿਟਰਨ ਲਗਾਈ ਸੀ ਵੀ ਉਹ ਮਿਨੀਮਮ 6 ਦੀ ਕਿਉਂ ਲਾਣੀ ਪੈਂਦੀ ਹੈ ਉਹਦਾ ਕੀ ਰੀਜ਼ਨ ਹੈ ਹਾਂਜੀ ਇਨਕਮ ਟੈਕਸ ਹੈ ਜਿਹੜੀ ਉਹ ਇੰਨੀ ਜ਼ਿਆਦਾ ਸਟਰੋਂਗ ਹੋਣੀ ਚਾਹੀਦੀ ਹੈ ਸੋ ਦੈਟ ਕਿ ਤੁਹਾਨੂੰ ਬਿਕਾਜ਼ ਤੁਸੀਂ ਕਿਸੇ ਜਗ੍ਹਾ ਤੇ ਘੁੰਮਣ ਜਾ ਰਹੇ ਹੋ ਤੁਹਾਡੇ ਲਈ ਉਹ ਇੱਕ ਫਾਲਤੂ ਖਰਚਾ ਗਿਣਿਆ ਜਾਂਦਾ ਹੈ ਬਿਲਕੁਲ ਤੇ ਜਦੋਂ ਤੁਸੀਂ ਇੱਕ ਚੀਜ਼ ਆਪਾਂ ਨੂੰ ਕਹਿੰਦੇ ਨੇ ਪਲੇਜ਼ਰ ਟ੍ਰਿਪਸ ਇੱਕ ਤਰ੍ਹਾਂ ਦੇ ਤਾਂ ਪਲੇਜ਼ਰ ਟ੍ਰਿਪਸ ਦੇ ਲਈ ਬੰਦਾ ਇੱਕ ਮਤਲਬ ਜਿਹੜਾ ਬੰਦਾ ਜਿਹਦੀ ਆਰਥਿਕ ਹਾਲਤ ਹੀ ਇੰਨੀ ਅਲਾਓ ਨਹੀਂ ਕਰਦੀ ਕਿ ਉਹ ਘੁੰਮ ਸਕੇ ਕਿਸੇ ਜਗ੍ਹਾ ਦੇ ਉੱਤੇ ਜਾ ਕੇ ਤਾਂ ਉਹ ਪ੍ਰੂਫ ਦੇਣ ਦੇ ਲਈ ਸਾਡੀ ਜਿਹੜੀ ਇਨਕਮ ਟੈਕਸ ਰਿਟਰਨ ਉਹ ਜ਼ਿਆਦਾ ਹੋਣੀ ਮੈਂਡੇਟਰੀ ਆ ਮਤਲਬ ਉਹਦੇ ਨਾਲ ਮੈਂਡੇਟਰੀ ਵੀ ਨਹੀਂ ਕਹਿ ਸਕਦੇ ਉਹਦੇ ਨਾਲ ਆਪਣੇ ਵੀਜ਼ਾ ਦੇ ਚਾਂਸਸ ਨੇ ਜਿਹੜੇ ਉਹ ਜ਼ਿਆਦਾ ਬ੍ਰਾਈਟ ਹੋ ਜਾਂਦੇ ਨੇ ਇਸ ਲਈ 6 ਲੱਖ 8 ਲੱਖ 10 ਲੱਖ ਜਿੰਨੀ ਵੀ ਤੁਹਾਡੀ ਜ਼ਿਆਦਾ ਹੋਏਗੀ ਉਹਨਾਂ ਤੁਹਾਡੇ ਜਿਹੜੇ ਵੀਜ਼ਾ ਦੇ ਚਾਂਸਸ ਉਹ ਜ਼ਿਆਦਾ ਬ੍ਰਾਈਟ ਹੋ ਜਾਂਦੇ ਕੰਪਲੀਟ ਮੈਮ ਐਂਡ ਦੈਨ ਇਹ ਦੱਸੋ ਕਿਹੜੀਆਂ ਕੰਟਰੀਜ਼ ਜ਼ਿਆਦਾ ਠੀਕ ਰਹਿੰਦੀਆਂ ਉਹਦੀ ਟ੍ਰੈਵਲ ਹਿਸਟਰੀ ਜਨਰੇਟ ਹੋ ਜਾਏ ਕਿ ਉਹਦਾ ਉਹਨੂੰ ਵੀਜ਼ਾ ਮਿਲਣਾ ਆਸਾਨ ਹੋ ਜਾਏ ਹਾਂਜੀ ਉਹ ਆਪਣੀ ਟ੍ਰੈਵਲ ਹਿਸਟਰੀ ਬਣਾ ਸਕਦਾ ਅਗਰ ਉਹਨੇ 2-3 ਕੰਟਰੀਜ਼ ਅਗਰ ਅੱਛੇ ਵਿਜ਼ਿਟ ਕੀਤੇ ਹੋਣ ਜਿਵੇਂ ਕਿ ਦੁਬਈ ਹੋ ਗਿਆ ਸਿੰਗਾਪੁਰ ਹੋ ਗਿਆ ਜਾਂ ਫਿਰ ਮਲੇਸ਼ੀਆ ਉਹਨੇ ਉਹਦੀ ਮਲੇਸ਼ੀਆ ਦੀ ਟ੍ਰੈਵਲ ਹਿਸਟਰੀ ਆ ਤਾਂ ਉਹਦੇ ਚਾਂਸਸ ਜਿਹੜੇ ਉਹ ਵਧੀਆ ਹੋ ਜਾਂਦੇ ਨੇ ਕਿ ਹਾਂ ਉਹਦੇ ਕੋਲੇ ਪਹਿਲਾਂ ਇੱਕ ਮੈਮ ਇਸ ਚੀਜ਼ ਦੀ ਗਾਈਡਨੈਂਸ ਦਿਓ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ੇ 'ਚ ਕੀ ਡਿਫਰੈਂਸ ਹੁੰਦਾ ਹੈਗਾ ਜੀ ਵਿਜ਼ਟਰ ਵੀਜ਼ਾ ਤੇ ਟੂਰਿਸਟ ਵੀਜ਼ਾ ਦੇ ਵਿੱਚ ਮੇਨ ਇੱਕ ਚੀਜ਼ ਦਾ ਫਰਕ ਹੁੰਦਾ ਹੈ ਟੂਰਿਸਟ ਵੀਜ਼ਾ ਅਸੀਂ ਅਪਲਾਈ ਕਰਦੇ ਹਾਂ ਜਦੋਂ ਅਸੀਂ ਆਪਣੀ ਮਰਜ਼ੀ ਦੇ ਨਾਲ ਕਿਤੇ ਘੁੰਮਣ ਫਿਰਨ ਜਾਣਾ ਹੋਵੇ ਅਸੀਂ ਪਲੇਜ਼ਰ ਟ੍ਰਿਪਸ ਕਹਿ ਦਿੰਦੇ ਹਾਂ ਜਿਨ੍ਹਾਂ ਨੂੰ ਤੇ ਜਿਹੜਾ ਤੁਹਾਡਾ ਹੋ ਗਿਆ ਵਿਜ਼ਟਰ ਵੀਜ਼ਾ ਉਦੋਂ ਹੁੰਦਾ ਜਦੋਂ ਸਾਡਾ ਕੋਈ ਰਿਸ਼ਤੇਦਾਰ ਭੈਣ ਭਾਈ ਉੱਧਰ ਰਹਿੰਦਾ ਤੇ ਅਸੀਂ ਉਹਨੂੰ ਮਿਲਣ ਜਾਣਾ ਮੇ ਬੀ ਉਹ ਕੋਈ ਓਕੇਜ਼ਨ ਹੋ ਸਕਦਾ ਜਿਹਦੇ ਕਰਕੇ ਅਸੀਂ ਜਾ ਰਹੇ ਹਾਂ ਮੇ ਬੀ ਕੋਈ ਮੈਡੀਕਲ ਐਮਰਜੈਂਸੀ ਹੈ ਜਿਹਦੇ ਕਰਕੇ ਅਸੀਂ ਜਾ ਰਹੇ ਹਾਂ ਜਾਂ ਫਿਰ ਕੋਈ ਹੋਰ ਤਰ੍ਹਾਂ ਦੀ ਸੈਲੀਬ੍ਰੇਸ਼ਨ ਹੈ ਜਿਸ ਨੂੰ ਅਟੈਂਡ ਕਰਨ ਅਸੀਂ ਜਾ ਰਹੇ ਹਾਂ ਤੇ ਇਹ ਫਰਕ ਹੈ ਜੀ ਟੂਰਿਸਟ ਵੀਜ਼ੇ ਤੇ ਵਿਜ਼ਟਰ ਵੀਜ਼ੇ ਮੇਰੇ ਖਿਆਲ ਨਾਲ ਤੁਹਾਨੂੰ ਸਾਰਿਆਂ ਨੂੰ ਇਨਫੋਰਮੇਸ਼ਨ ਸਾਰੀ ਮਿਲੀ ਗਈ ਹੋਵੇਗੀ ਪੂਰੀ ਇਨਫੋਰਮੇਸ਼ਨ ਤਾਂ ਹੈ ਕਿ ਇਹਦੇ ਵਿੱਚ 4 ਤਰ੍ਹਾਂ ਦੇ ਪੇਪਰ ਲੱਗਣੇ ਜਿਹੜੇ ਮੇਜਰ ਹੈ ਇੱਕ ਤੁਹਾਡੀ ਇਨਕਮ ਟੈਕਸ ਰਿਟਰਨ ਦੂਜੀ ਤੁਹਾਡੀ ਸੇਵਿੰਗ ਦੀ ਬੈਂਕ ਸਟੇਟਮੈਂਟ ਤੀਜੇ ਤੁਹਾਡੇ ਹੋ ਗਏ ਆ ਨੈੱਟਵਰਕ ਸਰਟੀਫਿਕੇਟ ਜਾਂ ਤੁਹਾਡਾ ਜੇ ਫਾਰਮ ਅਤੇ ਚੌਥਾ ਤੁਹਾਡੀ ਟਰੈਵਲ ਹਿਸਟਰੀ ਅਤੇ ਮੈਂ ਵੈਸੇ ਮੈਮ ਦਾ ਨੰਬਰ ਔਰ ਈਮੇਲ ਆਈ ਡੀ ਨੀਚੇ ਸ਼ੇਅਰ ਕਰ ਦਾਂਗਾ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਇਹਨਾਂ ਤੋਂ ਹੈਲਪ ਲੈ ਸਕਦੇ ਹੋ ਅਤੇ ਸ਼ੀ ਇਜ਼ ਵੈਰੀ ਹੈਲਪਫੁਲ ਐਂਡ ਸਾਡਾ ਮਕਸਦ ਕੋਈ ਬਿਜ਼ਨਸ ਜਨਰੇਟ ਕਰਨਾ ਨਹੀਂ ਹੈ ਸਿਰਫ ਮਕਸਦ ਹੈ ਕਿ ਤੁਹਾਨੂੰ ਅਵੇਅਰਨੈਸ ਦੇਣਾ ਕਿ ਤੁਸੀਂ ਕਿਸੇ ਗਲਤ ਏਜੰਟ ਦੇ ਧੱਕੇ ਨਾ ਚਲੋ ਕਿਉਂਕਿ ਮੇਰੇ ਘਰ ਆਲਰੇਡੀ ਇਹ ਇੱਕ ਚੀਜ਼ ਹੈਪਨ ਹੋਈ ਹੋਈ ਹੈ ਕਿ ਵੀਜ਼ੇ ਨੂੰ ਲੈ ਕੇ ਲੋਕ ਬਹੁਤ ਪੈਸੇ ਦੇਣ ਲਈ ਤਿਆਰ ਹੈ ਕੈਨੇਡਾ ਦਾ ਵੀਜ਼ਾ ਕੋਈ ਇੰਨਾ ਆਸਾਨ ਨਹੀਂ ਹੈ ਜਿੰਨਾ ਤੁਹਾਨੂੰ ਏਜੰਟ ਕਹਿ ਦਿੰਦਾ ਕਿ ਲੱਗ ਜਾਏਗਾ ਕੋਈ ਤੁਸੀਂ ਥਾਈਲੈਂਡ ਦਾ ਵੀਜ਼ਾ ਨਹੀਂ ਲੈ ਰਹੇ ਹੋ ਕਿ ਜਾ ਕੇ ਤੁਸੀਂ ਉਹਨਾਂ ਨੂੰ ਪਾਸਪੋਰਟ ਦਿੱਤਾ ਕਿ ਵੀਜ਼ਾ ਮਿਲ ਜਾਏਗਾ ਅਤੇ ਮੈਂ ਉਮੀਦ ਕਰਦਾ ਕਿ ਇਹ ਸਾਰੀ ਇਨਫੋਰਮੇਸ਼ਨ ਤੁਹਾਡੇ ਲਈ ਬਹੁਤ ਜ਼ਿਆਦਾ ਮਦਦਗਾਰ ਸਾਬਤ ਹੋਏਗੀ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਫਿਰ ਮੈਂ ਮੈਮ ਨਾਲ ਇੱਕ ਅਪੁਆਇੰਟਮੈਂਟ ਲੈ ਕੇ ਇਹਨਾਂ ਦੇ ਕੀਮਤੀ ਸਮੇਂ ਤੋਂ ਇਹਨਾਂ ਦਾ ਸਮਾਂ ਕਢਵਾ ਕੇ ਅਤੇ ਇੱਕ ਕੈਨੇਡਾ ਦੇ ਪੀਆਰ ਬਾਰੇ ਵੀ ਇੱਕ ਵੀਡੀਓ ਬਣਾ ਕੇ ਅਸੀਂ ਪਾ ਦਾਂਗੇ ਅਗਰ ਤੁਹਾਨੂੰ ਲੱਗਦਾ ਕਿ ਇਹ ਵੀਡੀਓ ਤੁਹਾਡੇ ਕੋਲ ਵੈਲਿਊਏਬਲ ਹੈ ਤੁਸੀਂ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ ਸੋ ਦੈਟ ਮੈਂ ਅਗਲੀ ਵੀਡੀਓ ਲਈ ਪ੍ਰਪੇਅਰਿੰਗ ਤਿਆਰ ਕਰਵਾ ਦੇਵਾਂ ਔਰ ਇੱਕ ਗੱਲ ਤੁਹਾਨੂੰ ਦੁਬਾਰਾ ਕਹਿਣਾ ਚਾਹਾਂਗਾ ਇਹ ਜਿੰਨੀ ਵੀ ਅਸੀਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ ਇਹ ਬਿਫੋਰ ਕੋਵਿਡ ਦੀ ਹੈ ਹਜੇ ਐਂਬੈਸੀਆਂ ਬੰਦ ਹੈ ਐਂਬੈਸੀ ਜਦੋਂ ਖੁੱਲ੍ਹਣਗੀਆਂ ਜਿਹੜੀ ਨਵੀਂ ਇਨਫੋਰਮੇਸ਼ਨ ਆਏਗੀ ਉਦੋਂ ਤੁਹਾਨੂੰ ਦੁਬਾਰਾ ਅਪਡੇਟ ਕੀਤਾ ਜਾਏਗਾ ਥੈਂਕ ਯੂ ਜੀ ਔਰ ਬਹੁਤ ਬਹੁਤ ਆਪ ਸਭ ਦਾ ਧੰਨਵਾਦ